ਭਾਵੇਂ ਨਾਸਾਂ ਵਾਲਿਆਂ ਤੋਂ ਪੁੱਛ ਲਈ, ਚੀਮਾ ਕਿੱਥੋਂ ਤੱਕ ਮਾਰ ਕਰਦਾ, ਚੀਮਾ ਕਿੱਥੋਂ ਤੱਕ ਮਾਰ ਕਰਦਾ। ਵੀਰੋ ਦੇ ਭਰਾਵੋ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਆਹ ਥੋੜੇ ਦਿਨ ਪਹਿਲਾਂ ਆਪਣਾ 14 ਤਰੀਕ ਨੂੰ ਆਤਮਘਾਤੀ ਹਮਲਾ ਹੋਇਆ। ਸੋ ਬਹੁਤ ਮਾਵਾਂ ਦੇ ਪੁੱਤ ਚਲੇ ਗਏ ਜੀ, ਬਹੁਤ ਭੈਣਾਂ ਦੇ ਵੀਰ ਚਲੇ ਗਏ ਜੀ, ਕਈਆਂ ਦੇ ਭਰਾਵਾਂ ਦੇ ਵਿਆਹ ਹੋਣ ਵਾਲੇ ਸੀ, ਇੱਕ ਬੱਚੇ ਨੇ, ਕਈਆਂ ਦੇ ਨਵੇਂ ਵਿਆਹ ਹੋਏ ਸੀ, ਕਈਆਂ ਦੇ ਘਰੇ ਨਵੇਂ ਜਵਾਕਾਂ ਨੇ ਜਨਮ ਲਿਆ ਜੀ। ਸੋ ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਜੀ। ਸੋ ਇੰਡੀਅਨ ਆਰਮੀ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤਾ। ਸੋ ਮੈਂ ਇੰਡੀਅਨ ਆਰਮੀ ਨੂੰ ਅਪੀਲ ਕਰਦਾ ਕਿ ਮੈਨੂੰ ਪਾਕਿਸਤਾਨ ਦੇ ਬਾਰਡਰ ਤੇ ਭੇਜਣ। ਮੈਂ ਆਪਣੇ ਦੇਸ਼ ਲਈ ਜਾਨ ਮਾਰਨ ਲਈ ਤਿਆਰ ਹਾਂ, ਕਿਉਂਕਿ ਮੈਂ ਆਤਮਘਾਤੀ ਬੰਬ ਬਣ ਕੇ ਉੱਥੇ ਤਿਆਰ ਹਾਂ। ਸੋ ਪੂਰੇ ਪਾਕਿਸਤਾਨ ਨੂੰ ਡਰਾ ਸਕਦਾ, ਚਿੱਥੜੇ ਡਰਾ ਸਕਦਾ। ਮੈਨੂੰ ਇੰਡੀਅਨ ਆਰਮੀ ਨੂੰ ਇਹੀ ਅਪੀਲ ਹੈ ਕਿ ਤੁਸੀਂ ਡਰੋ ਨਾ, ਭਾਰਤ ਸਰਕਾਰ ਮੈਨੂੰ ਇਜਾਜ਼ਤ ਦੇਵੇ ਤਾਂ ਮੈਂ 1 ਮਿੰਟ ਦੇ ਵਿੱਚ ਪਾਕਿਸਤਾਨ ਦਾ ਦਿਲਾ ਕਰ ਸਕਦਾ। ਮੇਰੇ ਅੰਦਰ ਇੰਨੀ ਹਿੰਮਤ ਹੈ, ਆਤਮਘਾਤੀ ਬੰਬ ਬਣ ਕੇ ਇੰਨੀ ਕੁ ਬੇਨਤੀ ਮੇਰੀ, ਪ੍ਰਮਾਣ ਕਰੋ ਇੰਡੀਅਨ ਆਰਮੀ ਡਰੇ ਨਾ। ਸੋ ਮੈਂ ਤੁਹਾਡੇ ਨਾਲ ਹਾਂ। ਜੈ। ਗਾਣੇ ਦਾ ਨਾਮ ਹੈਗਾ ਜੀ, ਕਹਿੰਦਾ ਉਹ ਬਿੱਲੋ ਗੱਭਰੂ ਦਾ ਤੋੜ ਕੇ ਤੂੰ ਦਿਲ ਨੀ, ਬੈਠੀ ਚੰਡੀਗੜ੍ਹ ਕਰੀ ਜਾਵੇ ਚਿਲਣੀ, ਤੇਰੇ ਟੁੱਟਣੇ ਨੇ ਖਾਬ, ਲਾਈਫ ਹੋ ਜੂਗੀ ਖਰਾਬ, ਹਾਏ ਲੱਗਣੀ ਐ ਦੇਖੀ ਐਸੀ ਦਿਨ ਚਾਰ ਨੂੰ, ਓਏ ਉਹਦੇ ਨਾਲ ਬਿੱਲੋ ਤੇਰਾ ਹੋ ਜੇ ਰਿਸ਼ਤਾ, ਜਿਹਦੇ ਦੰਦ ਬਾਰ ਨੂੰ। ਆ ਗਾਣਾ ਬਹੁਤ ਘੈਂਟ ਹੈ ਜੀ, ਠੀਕ ਹੈ ਜੀ। ਇਹੀ ਗਾਣਾ ਜੀ, ਉਹਦੇ ਨਾਲ ਬਿੱਲੋ ਤੇਰਾ ਹੋ ਜੇ ਰਿਸ਼ਤਾ, ਜਿਹਦੇ ਦੰਦ ਬਾਰ ਨੂੰ, ਸਾਡਾ ਟਾਈਟਲ ਨੇ ਵੀ ਗਾਣਾ ਦਈ ਹੋਵੇਗਾ। ਤੇ ਬੰਦ ਕਰੋ ਜੀ ਫੋਨ ਮਾਡੇ ਦੇ ਸਾਈਡ ਤੋਂ। ਤੇ ਬਾਕੀ ਵੀਰ ਜੀ, ਆਪਣਾ 5 ਜੂਨ ਮੰਗਲਵਾਰ ਨੂੰ ਨਾਸਾ ਕਹਿੰਦਾ ਰਿਲੀਜ਼ ਕਰਾਂਗੇ। ਉਹ ਬਾਕੀ ਥੋਡੀਆਂ ਗਲਾਂ ਨੇ ਮੈਨੂੰ ਤਾਰਤਾ, ਤਹੀ ਲਵ ਯੂ ਮੈਂ ਔਲ ਕਰਦਾ, ਭਾਵੇਂ ਨਾਸਾ ਵਾਲਿਆਂ ਤੋਂ ਪੁੱਛ ਲਈ, ਚੀਮਾ ਕਿੱਥੋਂ ਤੱਕ ਮਾਰ ਕਰਦਾ, ਚੀਮਾ ਕਿੱਥੋਂ ਤੱਕ ਮਾਰ ਕਰਦਾ। ਤੇ ਬਾਈ ਜੀ ਤੁਹਾਨੂੰ ਕਹਿ ਰਹੇ ਨੇ ਵੀ ਤੁਹਾਨੂੰ ਆਪਣਾ ਗਾਣਾ ਯਾਦ ਵੀ ਨਹੀਂ ਹੈਗਾ, ਦੱਸੋ ਤੁਸੀਂ ਆਪ ਗਾਇਆ ਗਾਣਾ। ਸੋਰੀ, ਵੈਸੇ ਗੱਲ ਸਹੀ ਹੈ ਜੀ, ਮੈਂ ਭੁੱਲ ਗਿਆ ਸੀਗਾ, ਮੈਂ ਨਰਵਸ ਹੋ ਗਿਆ ਜੀ, ਚੀਮੇ ਨਾਲ ਬੈਠਣਾ ਤਾਂ ਕਰਕੇ ਜੀ। ਵੱਡੇ ਕਲਾਕਾਰ ਸਾਡੇ ਕੋਲ ਬੈਠੇ ਰਹੀ ਜਾ ਕੇ, ਇੱਧਰ ਨਾਲ ਸਾਡੇ ਭਾਜੀ ਬੈਠੇ ਨੇ, ਇੱਧਰ ਦੇਖੋ ਜੀ ਆਪਣਾ ਦੀਪਕ ਭਾਜੀ, ਗੈਵੀ ਜਾਹਲ ਦੇ ਛੋਟੇ ਬ੍ਰਦਰ ਨੇ ਗੈਵੀ ਚਹਿਲ, ਅਤੇ ਇੱਧਰ ਸਾਡੇ ਜੀ ਅਮਰਦੀਪ ਸਿੰਘ ਪ੍ਰੇਸਰ, ਇਹਨਾਂ ਤੋਂ ਤੁਸੀਂ ਜਾਣਦੇ ਹੋ, ਇਹਨਾਂ ਕੋਲ ਆਪਾਂ ਸਾਡੀ ਟੀਮ ਹੈ ਜਿਹੜੀ ਇਹਨਾਂ ਕੋਲ ਕੰਮ ਕਰ ਰਹੀ ਹੈ, ਅਤੇ ਅੱਜ ਸਾਡੇ ਬ੍ਰਦਰ ਆਏ ਨੇ ਜੀ ਬਾਹਰੋਂ ਦਿੱਲੀ ਤੋਂ। ਤਾਂ ਬਾਕੀ ਸਾਡੇ ਧਰਮਿੰਦਰ ਜੀ ਦੇ ਭਤੀਜੇ ਬਾਹਰ ਨਿਕਲ ਗਏ ਨੇ, ਉਹ ਵੀ ਆ ਰਹੇ ਨੇ, ਅਤੇ ਆਹ ਸਾਡਾ ਜੀ ਆਪਣਾ ਮੈਨੇਜਰ ਹੈ ਦੀਪਕ ਸੁਦਾਨਾ, ਇਹ ਸਾਡੀ ਹਰਮਨ ਚੀਮਾ ਮੈਨੇਜਮੈਂਟ ਨੂੰ ਇਹੀ ਫੋਲੋ ਕਰ ਰਿਹਾ ਜੀ। ਅਤੇ ਬਾਕੀ ਜੀ ਗਾਣਾ ਤੁਹਾਨੂੰ ਇੱਕ ਵਾਰੀ ਮੈਂ ਵੀ ਸੁਣਾ ਦਿੰਦਾ, ਆਪਣਾ ਗਾਣਾ ਕੀ ਹੈ ਜੀ, ਹਾਂਜੀ, ਜਿਹਦੇ ਵਿੱਚ ਮੇਰਾ ਸਿੰਗਰ ਅਤੇ ਮੋਡਲ ਇਹ ਹੈ। ਗਾਣਾ ਆਪਣਾ ਹੈਗਾ ਜੀ, ਉਹ ਬਿੱਲੋ ਗੱਭਰੂ ਦਾ ਤੋੜ ਕਹੇ ਤੂੰ ਦਿਲ ਨੀ, ਉਹ ਬੈਠੀ ਚੰਡੀਗੜ੍ਹ ਕਰੀ ਜਾਵੇਂ ਚਿਲਨੀ, ਉਹ ਬਿੱਲੋ ਗੱਭਰੂ ਦਾ ਤੋੜ ਕਹੇ ਤੂੰ ਦਿਲ ਨੀ, ਉਹ ਬੈਠੀ ਚੰਡੀਗੜ੍ਹ ਕਰੀ ਜਾਵੇਂ ਚਿਲਨੀ, ਤੇਰੇ ਟੁੱਟਣੇ ਨੇ ਖਾਬ, ਲਾਈਫ ਹੋ ਜੂਗੀ ਖਰਾਬ, ਹਾਏ ਲੱਗਣੀ ਆ ਦੇਖੀ ਅਸੀਂ ਦਿਨ ਚਾਰ ਨੂੰ, ਉਹਦੇ ਨਾਲ ਬਿੱਲੋ ਤੇਰਾ ਹੋ ਜੇ ਰਿਸ਼ਤਾ, ਜਿਹਦੇ ਦੰਦ ਬਾਰ ਨੂੰ, ਉਹਦੇ ਨਾਲ ਬਿੱਲੋ ਤੇਰਾ ਹੋ ਜੇ ਰਿਸ਼ਤਾ, ਜਿਹਦੇ ਦੰਦ ਬਾਰ ਨੂੰ। ਥੈਂਕ ਯੂ ਜੀ ਬਾਈ ਨੂੰ, ਜਾਂ ਸਾਹ ਛੇਤੀ ਚੜ ਜਾਂਦਾ ਲੱਗਦਾ, ਬਾਕੀ ਮਜ਼ਾਕ ਬਹੁਤ ਕਰਦਾ ਜੀ ਮੁੰਡਾ। ਅਤੇ ਜਲਦੀ ਫਿਰ ਆਪਾਂ ਨਵੀਂ ਅਪਡੇਟਸ ਅਪਡੇਟ ਦੇਵਾਂਗੇ। ਅਤੇ ਬਹੁਤ ਘੈਂਟ ਗਾਣਾ ਆਪਣਾ ਨਾਸਾ ਗਾਣਾ ਆ ਰਿਹਾ ਪਹਿਲਾਂ ਆਪਣਾ 5 ਜੂਨ ਨੂੰ, ਅਤੇ ਸੋਰੀ ਮੈਂ ਤੁਹਾਨੂੰ ਬਹੁਤ, ਮੈਂ ਮਾਫ਼ੀ ਮੰਗਦਾ ਕਿ ਤੁਹਾਨੂੰ ਬਹੁਤ ਇੰਤਜ਼ਾਰ ਕਰਾਇਆ, ਅਤੇ ਸਾਰੇ ਫੈਨਸ ਮੇਰੀ ਬਹੁਤ ਬੇਸਬਰੀ ਨਾਲ ਉਡੀਕ ਕਰ ਰਹੇ ਸੀਗੇ, ਕਈ ਤਾਂ ਕਹੀ ਜਾਂਦੇ ਸੀ ਕਿ ਚੀਮਾ ਕਿੱਥੇ ਗੈਪ ਹੋ ਗਿਆ, ਕਿੱਥੇ ਲਾਓ ਵਜਾ ਹੋ ਗਿਆ, ਪਰ ਮੈਂ ਫਿਰ ਵਾਪਸ ਆ ਗਿਆ, ਇੱਥੇ ਹੀ ਹਾਂ ਮੈਂ, ਕਿਤੇ ਗੈਪ ਨਹੀਂ ਹੋਇਆ ਮੈਂ। ਅਤੇ ਉਮੀਦ ਕਰਦਾ ਕਿ ਜਲਦੀ ਨਵਾਂ ਗਾਣਾ ਧਮਾਕਾ ਕਰਾਂਗੇ, ਆਪਾਂ ਗਾਣਾ ਪੇਸ਼ ਕਰਾਂਗੇ ਨਾਸਾ,
ਤੇ ਬਹੁਤ ਘੈਂਟ ਗਾਣਾ ਆਪਣਾ ਤੇ ਬਾਈ ਇੱਥੇ ਸੀਗਾ ਤੇ ਮੇਰੇ ਜਿੰਨੇ ਫੈਨਸ ਸਾਰੀਆਂ ਕੰਟਰੀਆਂ ਦੇ ਨਾਲ ਲੈ ਦਿੰਦੇ ਆ ਇੱਕ ਵਾਰ ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬਰਨ, ਟੋਰਾਂਟੋ, ਥਾਈਲੈਂਡ, ਓਨਟਾਰੀਓ, ਯੂਨਾਈਟਿਡ ਕਿੰਗਡਮ, ਲੰਡਨ, ਪੈਰਿਸ, ਫਰਾਂਸ ਵਾਲਿਆਂ ਨੂੰ, ਨਾਈਜੀਰੀਆ ਵਾਲਿਆਂ ਨੂੰ, ਅਤੇ ਬਹੁਤ ਘੈਂਟ ਆਪਣੇ ਸਾਰੇ ਫੈਨਸ, ਲਵ ਯੂ, ਇੰਡੋਨੇਸ਼ੀਆ ਵਾਲਿਆਂ ਨੂੰ, ਯੂਰਪ ਵਾਲਿਆਂ ਨੂੰ, ਇਟਲੀ ਵਾਲਿਆਂ ਨੂੰ, ਲਵ ਯੂ ਸਾਰਿਆਂ ਨੂੰ, ਬਸ ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਲਵ ਯੂ ਬਾਏਜ਼, ਲਵ ਯੂ।